ਨਿਕਲਿਆ ਹੁਣ ਸਵੇਰ ਟਾਈਮ ਪਹਿਲਾਂ ਇੱਕ ਦੋ ਹੈਗੀ ਐਕਟੀਵਿਟੀ ਸੋਚੀ ਲਈ ਹੈ ਜੇ ਪੋਸੀਬਲ ਹੋਇਆ। ਬਿਲਕੁਲ ਜਿਮ ਹੈ ਇੱਥੇ ਨੇੜੇ ਹੀ ਤੇ ਬੱਚੇ ਵੀ ਖੂਬ ਇੰਜੋਏ ਕਰਦੇ ਆ ਇਹਨੂੰ ਇੱਥੇ ਗਰਮ ਕਰਕੇ ਆਪਣਾ। ਇੱਕ ਹੋਰ ਸੋਚੀ ਵੀ ਇੱਥੇ ਵਧੀਆ ਜਗ੍ਹਾ ਇੱਕ, ਫਿਰ ਉਹ ਤੋਂ ਬਾਅਦ ਚੋਂ ਟ੍ਰੇਨ ਲੈ ਕੇ ਨਿਕਲ ਜਾਣਾ। ਕਹਿੰਦੇ 9:50 ਤੇ ਐਂਟਰੀ ਹੈ, 9:50 ਤੇ ਕਹਿੰਦੇ ਇੱਥੋਂ ਐਂਟਰੀ। ਅੱਛਾ ਮੈਟਰੋ ਸਟੇਸ਼ਨ ਦਾ ਇਹ, ਮੈਟਰੋ ਸਟੇਸ਼ਨ ਦੀ ਸਾਰੀ ਇਨਫੋਰਮੇਸ਼ਨ ਦਿੰਦਾ। ਬੱਚਿਆਂ ਨੇ ਸੋਚਿਆ ਤਾਂ ਇੱਧਰ ਜਾਣਾ, ਦੇਖ ਲਓ ਮਿਲੇਗੀ ਟਿਕਟ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਨੈਕਸਟ ਮਾਰਨਿੰਗ, ਅੱਜ ਸਾਡੀ ਫਲਾਈਟ ਹੈ ਜ਼ਿਊਰਿਕ ਲਈ। ਹੁਣ ਮੈਂ ਚੱਲਿਆ ਲਗੇਜ ਦਾ ਵੇਟ ਚੈੱਕ ਕਰਨ। ਲਗੇਜ ਐਕਚੁਅਲੀ ਪੈਕ ਕਰ ਲਏ ਅਤੇ ਉਹਨਾਂ 'ਚ ਦੇਖੀ ਕੀ ਘੱਟ ਵੱਧ ਕਰਨਾ ਕੀ ਨਹੀਂ, ਉਹ ਕਰਾਉਣ ਲਈ ਜਾ ਰਹੇ ਬੰਦੇ। ਬਾਕੀ ਨਿਕਲਿਆ ਹੁਣ ਸਵੇਰ ਟਾਈਮ ਪਹਿਲਾਂ ਇੱਕ ਦੋ ਹੈਗੀ ਐਕਟੀਵਿਟੀ ਸੋਚੀ ਵੀ ਹੈ, ਜੇ ਪੋਸੀਬਲ ਹੋਇਆ ਤਾਂ ਜ਼ਰੂਰ ਕਰਾਂਗੇ। ਕੱਲ੍ਹ ਗਏ ਸੀ ਐਕਚੁਅਲੀ, ਕੱਲ੍ਹ ਉੱਥੇ ਟਿਕਟ ਤਾਂ ਮਿਲੀ ਨਹੀਂ ਮਿਊਜ਼ੀਅਮ ਆਫ ਦੀ ਫਿਊਚਰ 'ਚ। ਬਾਕੀ ਹੁਣ ਜਾ ਕੇ ਦੇਖਣਾ ਉੱਥੇ ਵੀ ਜੇ ਟਿਕਟ ਦੀ ਅਵੈਲੇਬਿਲਟੀ ਹੋਈ। ਇਹ ਤਾਂ VIP 'ਚ ਸੀਗੀ ਪਰ ਉਹ ਬੜਾ ਮਹਿੰਗਾ ਸੀ, 400 ਦਿਰਮ ਦਾ। ਹੋਪ ਸੋ ਕਰੀਏ ਅੱਜ। ਕਰ ਲਿਆ ਜੀ ਵੇਟ ਲਗੇਜ ਦਾ, ਕਈਆਂ 'ਚ ਘੱਟ ਵੱਧ ਹੈ। ਐਕਚੁਅਲੀ ਇਹਨਾਂ ਨੇ ਰੂਮ 'ਚ ਪ੍ਰੋਵਾਈਡ ਨਹੀਂ ਕੀਤੀ ਮਸ਼ੀਨ, ਹੁਣ ਦੁਬਾਰਾ ਰੂਮ 'ਚ ਚੱਲੇ ਹਾਂ। ਹੁਣ ਉੱਪਰ ਥੱਲੇ ਕਰਕੇ ਕਰੂੰਗੇ ਸੈਟਿੰਗ ਇਹਨਾਂ ਦੀ। ਜੀ ਮਾਰਨਿੰਗ ਜਿੰਮ ਜਾਣ ਦਾ ਬਣਾਇਆ ਹੈ ਵੀ ਜਿੰਮ ਜਾਈਏ, ਇੱਥੇ ਸਵੀਮਿੰਗ ਪੂਲ ਦੇ ਨਾਲੇ। ਬਿਲਕੁਲ ਜਿੰਮ ਹੈ ਇੱਥੇ ਨੇੜੇ ਹੀ ਤੇ ਅਸੀਂ ਆ ਗਏ, ਬਸ ਨਾਲ ਨਾਲ ਹੋ ਕੇ ਨਿਕਲ ਜਾਣਾ ਹੁਣ ਇੱਥੇ। ਥੋੜ੍ਹਾ ਟਾਈਮ ਲਾਉਂਗੇ ਐਕਸਰਸਾਈਜ਼, ਉਸ ਤੋਂ ਬਾਅਦ 'ਚੋਂ ਫਿਰ ਬ੍ਰੇਕਫਾਸਟ ਵਗੈਰਾ ਕਰਕੇ ਫਿਰ ਆਪਣਾ ਇੱਕ ਦੋ ਜਗ੍ਹਾ ਜਿੱਥੇ ਜਾਣਾ ਉੱਥੇ ਦੇਖਦੇ ਹਾਂ ਕਿੱਥੇ ਜਾਣਾ ਕਿੱਥੇ ਨਹੀਂ। ਜਿੰਮ ਕੱਲ੍ਹ ਵੀ ਆਏ ਸੀ ਥੋੜ੍ਹਾ, ਕੱਲ੍ਹ ਤਾਂ ਐਕਸਰਸਾਈਜ਼ ਕੀਤੀ ਨਹੀਂ ਵੈਸੇ ਸੀ, ਅੱਜ ਲਾਉਂਗੇ ਇੱਥੇ ਥੋੜ੍ਹਾ ਟਾਈਮ। ਜਿੰਮ ਤੋਂ ਆ ਕੇ ਬਾਹਰ ਐਕਸਰਸਾਈਜ਼ ਕਰ ਚੁੱਕੇ ਹਾਂ, ਹੁਣ ਸਵੀਮਿੰਗ ਪੂਲ ਦਾ ਅੱਜ ਨਹੀਂ ਹੈਗਾ ਮੂਡ ਕਿਉਂਕਿ ਫਿਰ ਕਾਫੀ ਟਾਈਮ ਲੱਗ ਜਾਂਦਾ ਹੈ। ਇੱਕ ਤਾਂ ਵਾਲ ਗਿੱਲੇ ਹੋ ਜਾਂਦੇ ਹੈ, ਫਿਰ ਸ਼ਾਵਰ ਲਓ ਬਾਅਦ 'ਚ, ਫਿਰ ਵਾਲ ਸੁਕਾਓ, ਇਸ ਕਰਕੇ ਅੱਜ ਪੂਲ 'ਚ ਨਹੀਂ ਜਾਣਾ। ਵੈਸੇ ਵੀ ਦੁਪਹਿਰ ਨੂੰ ਫਲਾਈਟ ਹੈ ਮੇਰੀ ਅਤੇ ਮੈਂ ਨਹੀਂ ਚਾਹੁੰਦਾ ਵੀ ਲੇਟ ਹੋਈਏ। ਪਰ ਤੇਰੇ ਕੋਲ ਚਲੋ ਅਤੇ ਹੁਣ ਚੱਲੇ ਰੂਮ 'ਚ, ਨਹਾ ਧੋ ਕੇ ਹੋਈਏ ਤਿਆਰ ਨਿਕਲ ਜਾਣਾ ਹੁਣ। ਇੱਕ ਹੋਰ ਸੋਚੀ ਵੀ ਇੱਥੇ ਵਧੀਆ ਜਗ੍ਹਾ ਮਿਊਜ਼ੀਅਮ ਆਫ ਦੀ ਫਿਊਚਰ, ਉੱਥੇ ਜਾਣਾ ਹੁਣ ਦੇਖਦੇ। ਬਾਕੀ ਜਾਊਂਗੇ ਹੋਪ ਸੋ ਮੈਟਰੋ 'ਤੇ ਜਾਂਦੇ ਅੱਜ, ਮੈਟਰੋ ਦੇ 2 ਕਾਰਡ ਤਾਂ ਹੈਗੇ ਮੇਰੇ ਕੋਲ, ਇੱਕ ਹੋਰ ਬਣਵਾ ਲਉਂਗੇ। ਵਾਈਫ ਨੇ ਤਾਂ ਜਾਣਾ ਨਹੀਂ, ਸਿਰਫ ਮੈਂ ਬੱਚੇ, ਇਹ ਦੇਖ ਕੇ ਫਿਰ ਦੁਪਹਿਰ ਨੂੰ 11 ਵਜੇ ਬਾਈ ਜੀ ਨੇ ਆ ਜਾਣਾ ਆਪਣੇ, ਫਿਰ ਹਿੰਦੀ ਵੀਰ ਨੇ ਗੱਡੀ ਲੈ ਕੇ ਉਹ ਸਾਨੂੰ ਫਿਰ ਥੋੜ੍ਹਾ ਬਹੁਤਾ ਘੁਮਾ ਘੁੰਮਾ ਕੇ ਲੰਚ ਲੁੰਚ ਕਰਾ ਕੇ ਉਸ ਤੋਂ ਬਾਅਦ 'ਚ ਫਿਰ ਏਅਰਪੋਰਟ ਡਰੋਪ ਕਰ ਦੂੰਗੇ, ਉਸ ਤੋਂ ਬਾਅਦ 'ਚ ਸਾਡੀ ਫਲਾਈਟ ਹੈ ਸਿੱਧੀ ਜ਼ਿਊਰਿਕ ਦੀ। ਮਿਲਦੇ ਬਾਕੀ ਹੁਣ ਅਗਲੇ। ਇਹ ਹੈ ਜੀ ਅੱਜ ਦਾ ਬ੍ਰੇਕਫਾਸਟ, ਇੱਥੇ ਜੂਸ ਅਗੇਨ, ਇੱਧਰ ਆਪਣਾ ਟੀ ਦਾ ਹੋ ਗਿਆ, ਕੌਫੀ ਟੀ, ਐਂਡ ਨੈਕਸਟ ਮੀਨਸ ਕੋਰਨਫਲੈਕਸ ਵਗੈਰਾ, ਮਿਲਕ, ਪੈਨਕੇਕ, ਐੱਗ, ਅਗੇਨ ਪੋਟੈਟੋ, ਆਮਲੇਟ। ਮਾਰਨਿੰਗ, ਹਾਊ ਆਰ ਯੂ? ਸੁਸੀ ਹੋ ਗਈ ਇੱਧਰ, ਇਹ ਆਪਣੀ ਪੰਪਕਿਨ ਭਾਜੀ, ਉਪਮਾ, ਬਾਕੀ ਇੱਧਰ ਬੇਕਰੀ ਪ੍ਰੋਡਕਟ, ਇਹ ਅੱਛੇ ਰਹਿੰਦੇ ਹੈ, ਆਲਵੇਜ਼ ਫੇਵਰੇਟ। ਬੱਚੇ ਵੀ ਖੂਬ ਇੰਜੋਏ ਕਰਦੇ ਹੈ ਇਹਨੂੰ,
इतने गर्म करके अपना इंजॉय करो। बाकी इधर दिस वन इधर फ्रूट्स वगैरह काफ़ी अच्छा। लो जी ये कर लिया ब्रेकफास्ट रेडी, बेटी का न्यूट्रेला पैन केक कॉफी ये मेरा, बाकी हले और ले आ रहे हैं। काफ़ी अच्छा है सीटिंग एरिया भी काफ़ी अच्छा है ना, वैसे ब्रेकफास्ट ली हले अर्ली मॉर्निंग है इस करके ज़्यादा रश नहीं है, इस तो बाद इतने थोड़ा जा भर जाएगा फिर हौली हौली। लो जी आ गए मेट्रो स्टेशन के अंदर, कोई गल नहीं बालना बालना बेटा 8:35:76 ये डिस्प्ले तो आ रहा सारा कुछ, इतने जा रहे हैं जी अंदर अंदर, पहला लेना कार्ड एक फिर उस तो बाद चो ट्रेन लेके निकल जाना, 25-26 मिनट की ट्रेन है इतों। लो जी ले लिया बच्चे ने कार्ड, वैसे इतने इतने ला के इतों स्कैन करके इधर इधर बैठा आधे किलो कर, हाँ इधरों हो तू उधर ला एक कार्ड टैप हो कि नहीं है, जा रहे हैं जी मेट्रो तो एमिरेट्स टावर। रोजी आने वाली ट्रेन द नेक्स्ट स्टेशन इज मैक्स, मैक्स ते आ गई जी ये है कौन स्टेशन है ना आपका है मिनट टावर सर ओके मेरी भी इनका नंबर है 33 मैसेज में थोड़ी नंबर पे कहां पर की बात उतर गए जी मेट्रो को हम चले म्यूजियम ऑफ द फ्यूचर ले। लो जी आके म्यूजियम ऑफ द फ्यूचर को, बट ये कहें इस टाइम हले 9:15 इतों एंट्री शुरू होनी है, ये मेन मेट्रो स्टेशन तो एंट्री है इतों ही शुरू होनी 9:15 बजे। ये भाई जी अपने कहते 9:15 तो एंट्री है 9:50 तो कहते इतों एंट्री, कि वॉकिंग डिस्टेंस कि 3-4 मिनट का इतों वॉकिंग डिस्टेंस है जी म्यूजियम ऑफ द फ्यूचर तक पहुँचने लिए, वो सामने दिख रहा है तो उत्थे जाके टिकट आज तो टिकट भी नहीं मिलेगी मेरे ख्याल से, अभी VIP एंट्री में जाना पड़ेगा, हाँ वो 400 दिरहम आई थिंक है ना। ये देखो जी मेट्रो स्टेशन से रोबोट लगा रखा है थे हिंदी ये लैंग्वेज कृपया विकल्प चुनिए जिसकी आपको आवश्यकता है, ये रोबोट के नाल इतने इंग्लिश कर लंदा बैक आ जा जर्नी पर, बहुत एडवांस है दुबई। अच्छा मेट्रो स्टेशन का ये मेट्रो स्टेशन की सारी इन्फॉर्मेशन दिता, ये है जी रस्ता म्यूजियम ऑफ द फ्यूचर का, ये देखो म्यूजियम एंट्रेंस मेट्रो स्टेशन तो असी आए ये एमिरेट्स टावर लिए इधर न, बट असी तो जाना है म्यूजियम ऑफ द फ्यूचर, ये देखो ये बिच का रस्ता है पूरा इतने सारी जगह कि लिखा वा इतने इतों सामने काउंटर है, देखो जी टिकट इतों बाय करनी है, असी एक बार पूछे लगे पता अवेलेबल होवे कोई एक बार पूछे लै भी टिकट अवेलेबल है है? हाँ, दो मैं तीन कर दो ना तो तुझे ले लो, नहीं आ नहीं मैं देखो
वन करी वो तो उधरों मिलेगी वीआईपी काउंटर को। एक बार पूछ लेते इंक्वायरी दे भी कोई टिकट है एक अद्धी अवेलेबल फिर भी ये है जी म्यूजियम ऑफ द फ्यूचर। इतने थोड़ी जी क्यू है बाई तो बाद इतने साडा नंबर लगेगा फिर असं जाऊंगे उपर देखने लिए बच्चा ने सोचा था इधर जाना देख लो मिलेगी टिकट कल आए थे कल एवं मुड़ गया इतों बट हूँ असं एंटर होना।